सत श्री अकाल जी सारिया नू, की हाल चाल ताडे सारिया दे। ताडा सारिया दा स्वागत आ साडे यूट्यूब चैनल ते। ते होर सुनाओ, किदां सारे ठीक ठाक? उम्मीद करदे आ सारे ठीक ठाक ही होवोंगे। ते अज असीं चले आ चंडीगढ़ घूमण फिरन, काफी दिन हो गए हैं मस्ती करन। ते मोटा बालू हो गया रेडी। ड्रेस दसो जी, कमेंट करके किदां इहदी ड्रेस लगी तुहानूं। ਫਤਿਹ ਆਪਣਾ ਵਲੌਗ ਬਣਾ ਰਿਹਾ ਤੇ ਸੀਰ ਤੁਹਾਨੂੰ ਡਿਸਟਰਬ ਕਦੋਂ ਦੀ ਉਹ ਨਾ ਉਦਾਂ ਹੀ ਸਮਾਰਟ ਵਾਚ ਨਾਲ ਲੱਗਾ ਹੋਇਆ ਕਦੋਂ ਦਾ। ਸੀਰਤ ਉਹ ਤੁਹਾਡੀ ਨੂੰ ਬੋਦੀਆਂ ਪੜ ਦਿੱਤੀਆਂ ਨੇ ਸੀਰਤ ਦੀਆਂ ਨਾ, ਤੇ ਮਰ ਜਾਣੀ ਵਾਰ ਵਾਰ ਉਹਨੂੰ ਛੇੜ ਦਿੰਦੀ। ਲੱਗਾ ਰਹਿੰਦੇ ਸੀਰ ਤੇ ਯਾਰ, ਬੱਚੂ ਕਰਨ ਦੇ ਉਹ ਲੱਗਾ ਰਹਿੰਦੇ, ਧਿਆਨ ਨਹੀਂ ਲੱਗਿਆ। ਤੇ ਹਾਂ ਤੂੰ ਉੱਧਰ ਜਾ, ਤੂੰ ਉੱਧਰ ਜਾ। ਤੇ ਫਤਿਹ ਇੱਧਰ ਜਾ ਕੇ ਹੁਣ ਬਣਾਉਣ ਲੱਗਾ ਵਲੌਗ। दीदी भी आ नहीं दिंदे, पर फिर आपां बुलाया भी आओ, भी साडा भी दिल नहीं लगदा। ते वाहवा दिन लाए ने मम्मी। किदां लग रिहा मम्मी, इन्ने दिनों बाद अपने घर आ गए? चलो कोई नी, दिल ते लाना ही पेगा। चलता नी काम भाई, अपने अपने चलो चलिए फिर, उठो बी मिलने जी गड्डी। चंडीगढ़ आए हुए फिर इन्होंने स्टोरी देखी साडी, कहिंदे आ शूट करना है आपां। बुरी खुश होने लगी बड़ा ही प्यारा सॉन्ग है, रील्स बना रहे हैं। शूट हो रहा है शुरू, तो कॉन्सैप्ट बेस आ ये, इदा कॉन्सैप्ट बनाया एक उदा डांसिंग, क्योंकि थोड़ा जा स्लो सोंग है ना, प्यारा जा सोंग है, तो डांस वगैरह तो हो नहीं सकता ज़्यादा। तो ये कॉन्सैप्ट बनाया कि मन्नत नूर मैम तो गुरसीरत बैठे हुए है ना, मन्नत नूर मैम तो रुसी हुई है गुरसीरत, तो उन्हू चीज़ा दे रहा जिदा चिप्स दे रहा है ना, तो पर अगों ना मना करी जाती है। तो बाकी तुसी रील देखोगे ही भाई किदा बनया है ना। तो हुण इन्हां दा विच आ जाएगा एक दूजे नाल खलो के थोड़ा जा हल्के जे बीट्स ते डांस करनगे, ते एक दूजे नूं हग करके इदा है ना। सो इस टाइप का कॉन्सैप्ट बनाया हुआ है कि ये प्रोपर दो तीन पार्ट्स बनेगी है पूरी रील, शूट पूरी टीम है शूट कर रही है। हुण हल्के हल्के जे स्टैप आ डांस दे,
ਇੱਕ ਅੱਧਾ ਜਿਵੇਂ ਕਰਕੇ ਅਤੇ ਇੱਕ ਦੂਜੇ ਨੂੰ ਪਿਆਰ ਨਾਲ। ਗੁਰੂ ਫਤਿਹ ਸਿੰਘ ਵੀ ਚਿੱਲ ਕਰ ਰਿਹਾ ਪੂਰਾ ਭਾਈ, ਅਤੇ ਪੂਰੀ ਟੀਮ ਇਹਨਾਂ ਦੀ। ਚਲੋ ਜੀ, ਡਾਂਸ ਵੀ ਐਡ ਹੋ ਗਿਆ ਵਿੱਚ ਹਲਕਾ ਜਿਹਾ। ਗੁਰਸੀਰਤ ਨੂੰ ਚੱਕਰ ਆ ਗਏ ਨੇ, ਸੀਰਤ ਚੱਕਰ ਆ ਗਏ ਨੇ ਨਾ, ਘੁੰਮ ਗਈ ਕੁੜੀ ਬਾਈ, ਚੱਕਰ ਇੰਨੇ 'ਚ ਚੜ ਗਏ ਨੇ। ਫਤਿਹ ਨਹੀਂ ਪ੍ਰਵਾਹ ਕਰਦਾ ਫਤਿਹ ਨੂੰ, ਤਾਂ ਭਾਵੇਂ 20 ਵਾਰੀ ਘੁਮਾ ਲਓ ਇਹਨੂੰ ਨਹੀਂ ਚੱਕਰ ਚੁੱਕਰ ਆਉਂਦੇ। ਫਤਿਹ ਦੀ ਵੀ ਤਿਆਰੀ ਚੱਲ ਰਹੀ, ਫਤਿਹ ਚਿਪਸਾਂ ਦੇ ਦੇਈ ਜਾਂਦਾ ਗੇੜੇ, ਉਹ ਵਿਚਾਰੀਆਂ ਫਤਿਹ ਨੂੰ ਹੀ ਦੇਈ ਜਾਂਦੀਆਂ, ਕਹਿੰਦੇ ਨੇ ਫਤਿਹ ਹੀ ਕੱਢੇਗਾ ਵੱਟ ਚਿਪਸ ਵਾਲੇ ਦੇ। ਪ੍ਰੈਕਟਿਸ ਚੱਲ ਰਹੀ ਜੋਰਾਂ ਦੇ। ਅਸੀਂ ਵਲੋਗਿੰਗ ਕਰ ਰਹੇ ਹਾਂ ਆਪਣੀ, ਫਿਰ ਫੈਨ ਸਾਰੇ ਖੁਸ਼ ਹੁੰਦੇ ਆ ਵੇਖ ਕੇ। ਮੈਮ ਕਹਿੰਦੇ ਨੇ ਫਤਿਹ ਨਾਲ ਵੀ ਕਰਨੀ ਆਪਾਂ ਰੀ, ਤੇ ਵੇਖ ਲਈ ਹੁਣ ਫਤਿਹ ਕੀ ਕਰਦਾ। ਅੱਜ ਵੇਖੋ ਫਤਿਹ ਵਿੱਚ ਆ ਗਿਆ ਜੀ। ਵੇਖੋ ਜੀ ਗਾਇਕ, ਕਮੈਂਟ ਕਰਕੇ ਦੱਸਿਆ ਜੀ ਵੀ ਤੁਹਾਨੂੰ ਕਿੱਦਾਂ ਲੱਗ ਰਿਹਾ ਫਤਿਹ ਦਾ ਰੀਲ ਬਣਾ ਰਿਹਾ ਫਤਿਹ ਮੈਮ ਦੇ ਨਾਲ, ਤੇ ਕੌਨਫੀਡੈਂਸ ਹੈ ਜੀ ਪੂਰਾ। ਹਾਂ ਗਾਣਾ, ਸੋਰੀ ਜੀ ਗਾਣਾ ਬਾਈ, ਫਤਿਹ ਵੱਡੇ ਪਰਦੇ 'ਤੇ ਆ ਗਿਆ ਜੀ। ਤੇ ਮੂੰਹ ਐਵੇਂ ਨਾ ਕਰ ਲੱਗ ਜੀ, ਕੁਛ ਵੀ ਛੱਡ ਦੇ ਹੁਣ ਚਪਾ। ਲਓ ਜੀ ਮਿਸਟਰ ਐਂਡ ਮਿਸਿਸ ਨਰੂਲਾ, ਭਾਜੀ ਹੋਰਾਂ ਨਾਲ ਵੀ ਮਿਲੇ, ਮਿਸਟਰ ਸੈਮ। ਚੁੰਨੀ ਦਿੱਤੀ ਹੋਈ ਆ। ਭਾਜੀ ਹਰਾਂ ਨਾਲ ਵੀ ਹੋ ਗਈ ਮੁਲਾਕਾਤ ਅੱਜ ਆਪਣੀ, ਵਲੌਗਿੰਗ ਕਰਦੇ ਤੁਸੀਂ? ਕਰਦੇ ਭਾਜੀ ਥੋੜੀ ਥੋੜੀ। ਕੀ ਕਰਦੇ ਭਾਜੀ ਨੂੰ? ਵਲੌਗਿੰਗ, ਹਾਂਜੀ ਵਲੌਗਿੰਗ ਥੋੜੀ ਥੋੜੀ ਕਰਦੇ ਆ ਭਾਜੀ ਹਰਾਂ ਨਾਲ ਮਿਲ ਕੇ, ਚੰਗਾ ਲੱਗਿਆ। ਥੈਂਕ ਯੂ, ਥੈਂਕ ਯੂ ਸੋ ਮਚ ਜੀ, ਤੁਹਾਡੇ ਦੇਖ ਕੇ ਰਹੀਦਾ। ਨਹੀਂ ਨਹੀਂ ਕਿਦਾਂ ਆਈਡੀਆ ਦਿੱਤਾ ਸਾਨੂੰ, ਚਾਹੀਦਾ ਭਾਜੀ। ਪਹਿਲਾਂ ਡਾਂਸ ਵੀਡੀਓ ਨਹੀਂ ਪਾਉਂਦੇ ਸੀ, ਉਸਨੂੰ ਬਦ ਕਾਪੀਰਾਈਟ ਹੋ ਚੁੱਕੀ, ਹੁਣ ਵਲੌਗਿੰਗ ਫਿਰ ਨਾਲ ਦੀ ਨਾਲ ਕੰਮ ਹੈ। ਓਕੇ ਓਕੇ, ਨਹੀਂ ਚਾਹੀਦਾ ਕਾਪੀਰਾਈਟ ਹੀ ਆ, ਉਹਨਾਂ ਦੇ ਆਪਾਂ ਕ੍ਰੈਡਿਟਸ ਦੇ ਸਕਦੇ ਆ, ਫਿਰ ਕਾਪੀਰਾਈਟ ਨਹੀਂ ਹੁੰਦਾ। ਹਾਂਜੀ ਹਾਂਜੀ, ਇਹ ਉਹਦੇ ਯੂਟਿਊਬ ਚੈਨਲ ਹੈਡ ਕੌਣ ਹੈਂਡਲ ਕਰ ਸਕਦੇ ਤੁਸੀਂ? ਦੋਸਤ ਆਪਣੇ ਆਪ ਹੀ ਕਰ, ਆ ਗਿਆ ਗਿਆ ਪਾਣੀ, ਪਾਣੀ ਆ ਗਿਆ, ਕਰੋ। ਅੱਛਾ ਪਾਣੀ ਆ ਰਿਹਾ, ਅੱਜ ਬੜੀ ਕਿਵੇਂ ਬੰਦ ਲੱਗੇ ਸਿਮਰਨ ਵੀ ਆ ਗਈ, ਭੰਗੜਾ ਮੁਟਿਆ ਸਾਡੀ, ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ, ਪੂਰਾ ਮੇਲਾ ਲੱਗਿਆ ਹੋਇਆ ਇੱਥੇ, ਬੱਲੇ ਬੱਲੇ ਹੋ ਗਈ, ਅੱਜ ਆਪਣੇ ਸਾਰੇ ਸੱਜਣਾ ਮਿੱਤਰਾਂ ਨੂੰ ਮਿਲ ਰਹੇ ਹਾਂ। ਸਿਮਰਨ ਵੀ ਮਿਲ ਗਈ, ਭੰਗੜਾ ਮੁਟਿਆਰ ਤੇ ਕੇ ਜੱਟੀ ਉਹ ਵੀ ਮਿਲ ਗਏ, ਨਵਨੀਤ ਮਿਲੀ ਤੇ ਬੜੇ ਸਾਰਿਆਂ ਨੂੰ ਮਿਲੇ ਆ, ਬੜਾ ਮਜ਼ਾ ਆਇਆ। ਹੁਣ ਕਿੱਧਰ ਜਾਣਾ ਦੱਸੋ? ਚਲੋ ਜੀ ਹੁਣ ਅਸੀਂ ਮੁਹਾਲੀ ਸੀਗੇ, ਹੁਣ ਅਸੀਂ ਜਾਣਾ ਲੇਕ ਤੇ, ਤੇ ਲੇਕ ਇਥੋਂ ਵਾਵਾ ਦੂਰ ਪੈ ਜਾਣਾ। ਚਲੋ ਬਾਕੀ ਚੱਲਦੇ ਆ, ਕਰਦੇ ਆ ਫਿਰ ਆਪਾਂ, ਬੋਟਿੰਗ ਕਰਾਂਗੇ। ਚਲੋ ਮੂੰਹ ਕੱਜ ਲਓ ਆਪਣੇ, ਮਾਸਕ ਲਾ ਲਓ ਹੁਣ ਸਾਰੇ ਜਾਣੇ, ਮੇਰਾ ਮਾਸਕ ਹੈ। ਹਾਂ ਸੀਰਤ ਦਾ ਪਾਗਲ, ਮੇਰਾ ਕਿੱਧਰ ਦੋ ਫਿਰ ਦੇਨੀ ਆ। ਰੌਣਕਾਂ ਚਾਰੇ ਪਾਸੇ, ਕੈਮਲ ਹੀ ਕੈਮਲ ਖੜੇ ਨੇ, ਕਈ ਕੈਮਲ ਨੇ। ਬਹਿਣਾ ਬਹਿਣਾ ਕੈਮਲ ਦੇ, ਫਤਿਹ ਡਰ ਲੱਗਦਾ, ਦੁਬਈ ਲਏ ਹਨ ਝੂਟੇ ਇਹਨਾਂ ਨੇ, ਬੜਾ ਡਰ ਵਾਕਈ ਲੱਗਦਾ। ਮੈਂ
ਮੈਂ ਵੀ ਜਦੋਂ ਬੈ ਜਦੋਂ ਉੱਠਦਾ ਹੈ ਨਾ ਅੱਗੋਂ ਫਿਰ ਪਿਛਲੀਆਂ ਲੱਤਾਂ ਉੱਤੇ ਕਰ ਲੈਂਦਾ ਉਹ ਥੱਲੇ ਰਹਿ ਜਾਂਦੀਆਂ ਨੇ ਉਹ ਅੱਗੇ ਬੰਦਾ ਪਲਟਣ ਨੂੰ ਜਾਂਦਾ ਬੜਾ ਔਖਾ ਹੁੰਦਾ ਅੱਜ ਅੱਗੇ ਬੋਟਿੰਗ ਕਰਨੀ ਹੈ ਆ ਗਏ ਆਪਾਂ ਲੇਕ ਤੇ ਲੇਕ ਤੇ ਲੇਕ ਤੇ ਪਿੱਛੇ ਰਹਿ ਜਾ ਕਰ ਰੌਣਕਾਂ ਹੀ ਰੌਣਕਾਂ ਉਹ ਤੁਹਾਡੀ ਨੂੰ ਤੋੜ ਲਓ ਸਾਰਾ ਕੁਛ ਪਤਾ ਲਾ ਦੇ ਗੂਗਲ 'ਚ ਲਾ ਦੇ ਨਾ ਹੁਣ ਹਾਂਜੀ ਸੁਖਣਾ ਲੇਕ ਸਾਹਮਣੇ ਪਹਾੜ ਨਜ਼ਰ ਆ ਰਹੇ ਨੇ ਪਹਾੜਾਂ 'ਤੇ ਕਲਾਊਡ ਵੇ ਕਿੰਨੇ ਸੋਹਣੇ ਨੇ ਬੱਦਲ ਕਿੰਨੇ ਚਿੱਟੇ ਕਾਲੇ ਸਭ ਤਰ੍ਹਾਂ ਦੇ ਸਾਲ ਦੋ ਕਰੋਨਾ ਤੋਂ ਪਹਿਲਾਂ ਹੀ ਆਏ ਸੀ ਬੱਚੇ ਭੁੱਲ ਗਏ ਜੁੜ ਗਏ ਲਓ ਜੀ ਸੁਖਣਾ ਲੇਕ 'ਤੇ ਬੜਾ ਵਧੀਆ ਸਵਾਗਤ ਹੋਇਆ ਭਾਅ ਜੀ ਆਏ ਅਤੇ ਨਾਲ ਉਹਨਾਂ ਦੇ ਇੱਕ ਹੋਰ ਸੀ ਸਿਵਲ ਸੀ ਪੁਲਿਸ ਵਾਲੇ ਕਹਿੰਦੇ ਨੇ ਵੈਲਕਮ ਟੂ ਸੁਖਣਾ ਲੇਕ ਮੈਂ ਕਿਹਾ ਥੈਂਕ ਯੂ ਭਾਅ ਜੀ ਕਹਿੰਦੇ ਨੇ ਆਪਣਾ ਆਈ ਡੀ ਪਰੂਫ ਦਿਓ ਮੈਂ ਕੱਢ ਕੇ ਆਈ ਡੀ ਪਰੂਫ ਦਿੱਤਾ ਕਹਿੰਦੇ ਨੇ ਆ ਜਾਓ ਫਿਰ ਮੈਂ ਸਮਝ ਗਿਆ ਵੀ ਇਹ ਬੜਾ ਵਧੀਆ ਸਵਾਗਤ ਕਰਨ ਲੱਗੇ ਨੇ ਐਕਚੁਲੀ ਕੀ ਬੱਚਿਆਂ ਨੇ ਮਾਸਕ ਲਾਏ ਸੀ ਦੋਵਾਂ ਨੇ ਅਸੀਂ ਲਾਏ ਨਹੀਂ ਸਾਨੂੰ ਪਤਾ ਨਹੀਂ ਸੀ ਇੱਥੇ ਵੀ ਜ਼ਰੂਰੀ ਇਹ ਮਾਸਕ ਵੀ ਹੱਥੇ 'ਚ ਹੈ ਸੀਗਾ ਮਾਸਕ ਮੈਂ ਅਤੇ ਹੈਂਕੀ ਪੋਕਿਟ ਜੀ ਪਾਇਆ ਸੀ ਬਟ ਪਤਾ ਨਹੀਂ ਸੀ ਇਸ ਚੀਜ਼ ਦਾ ਵੀ ਜ਼ਰੂਰੀ ਨੇ ਵੀ ਚਲਾਨ ਖਰੀਦਣਾ ਨਾ ਸ਼ਾਇਦ ਜੇ ਹੋਏਗਾ ਤਾਂ ਉੱਦਾਂ ਵੀ ਬੰਦਾ ਕਰ ਲੈਂਦਾ ਹੈ ਨਾ ਅਤੇ ਬਸ ਫਿਰ ਉਹਨਾਂ ਨੇ 2000 ਦਾ ਕਹਿੰਦੇ ਨੇ ਚਲਾਨ ਕੱਟਣਾ ਹੀ ਕੱਟਣਾ ਤੁਹਾਡਾ ਅਤੇ ਆਹ ਵੇਖੋ ਫਰਲਾ ਕਟੀ ਗਿਆ ਹੁਣ ਅਤੇ ਉਹ ਵੇਖੋ ਪੁਲਿਸ ਵਾਲੇ ਵਿਖਾਨਾ ਮੈਂ ਤੁਹਾਨੂੰ ਉਹ ਬੁਲਾ ਲਿਆ ਅਤੇ ਹੁਣ ਇਹਨਾਂ ਭਰਾਵਾਂ ਦੀ ਵੀ ਸੇਵਾ ਹੋਏਗੀ ਇਹਨਾਂ ਦਾ ਬਹੁਤ ਵਧੀਆ ਸਵਾਗਤ ਹੈ ਧਰ ਲਿਆ ਇਹਨਾਂ ਨੂੰ ਅਤੇ ਇਹ ਬੇਖੌਫ ਘੁੰਮ ਰਹੇ ਸੀ ਬੜੇ ਜਿਹਨਾਂ ਬੁਖਾਰ ਆ ਹੁਣ ਕਹਿੰਦਾ ਮਾਸਕ ਮੇਰੇ ਕੋਲ ਆਇਆ ਵੇ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਮਾਸਕ ਜੇਬ ਵਿੱਚ ਹੀ ਰੱਖੋ ਚਲਾਨ ਤਾਂ ਹੋਣਾ ਹੀ ਹੋਣਾ ਛੱਡ ਦੇ ਕੋਈ ਉਹ ਬਾਈ ਚਲੋ ਵਧੀਆ ਸੀ ਸਿਵਲ ਵਿੱਚ ਪੁਲਿਸ ਵਾਲੇ ਸਰਦਾਰ ਸੀ ਕਹਿੰਦੇ ਨੇ ਚਲੋ ਭਾਅ ਜੀ 2000 ਦਾ ਨਹੀਂ ਮਿਨੀਮਮ ਉਹਨਾਂ ਨੇ ਸਾਡਾ 500 ਦਾ ਕੀਤਾ ਅਤੇ ਆਪਾਂ ਨੂੰ ਸਵਾਗਤ ਬੜਾ ਵਧੀਆ ਹੋਇਆ ਲੇਕ 'ਤੇ ਮਜ਼ਾ ਆ ਗਿਆ ਸੋ ਗਾਈ ਜੇ ਤੁਹਾਡੇ 'ਚ ਕੋਈ ਵੀ ਆਉਂਦਾ ਤਾਂ ਖਾਸ ਕਰ ਯਾਦ ਰੱਖਿਓ ਭਾਵੇਂ ਤੁਹਾਨੂੰ ਪੁਲਿਸ ਇੱਥੇ ਨਾ ਨਜ਼ਰ ਆਏ ਤੁਸੀਂ ਮਾਸਕ ਜ਼ਰੂਰ ਲਾ ਕੇ ਰੱਖਣਾ ਨਹੀਂ ਤਾਂ ਕਹਿੰਦੇ ਆ ਵੀ ਫਿਰ ਤੁਹਾਨੂੰ ਪਤਾ ਹੀ ਆ ਵੀ ਇੱਥੇ ਸਿਵਲ 'ਚ ਹੀ ਫਿਰਦੇ ਆ ਜ਼ਿਆਦਾ ਪੁਲਿਸ ਵਾਲੇ ਵੋਟਿੰਗ 500 ਰੁਪਏ ਦਾ ਸਗਨ ਡਾਲਦੀ ਆਤੀ ਇਹਨਾਂ ਨੇ ਲਓ ਜੀ ਹੁਣ ਹੋਣ ਲੱਗ ਗਈ ਇਹ ਵੋਟਿੰਗ ਬੋਰਡਿੰਗ ਦੇ ਨਜ਼ਾਰੇ ਫਤਿਹ ਕਿੱਦਾਂ ਟੈਨਸ਼ਨ ਲੈ ਫਤਿਹ ਥੋੜ੍ਹਾ ਡਰ ਰਿਹਾ ਵੀ ਪਤਾ ਨਹੀਂ ਕੀ ਚੱਕਰ ਹੈ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਜਦੋਂ ਉਦੋਂ ਕੀਤਾ ਸੀ ਉਦੋਂ ਫਤਿਹ ਛੋਟਾ ਜਿਹਾ ਸੀ ਹੈ ਨਾ ਕੀਤੀ ਕਿ ਨਹੀਂ ਫਤਿਹ ਨੇ ਉਦੋਂ ਹਾਂ ਸੀਰਤ ਨੇ ਤਾਂ ਕੀਤੀ ਸੀਰਤ ਕੋਈ ਨਹੀਂ ਘਬਰਾਈ ਬਹੁਤ ਸੋਹਣਾ ਵਿਊ ਆ ਮਜ਼ਾ ਆ ਰਿਹਾ ਬਟ ਜਿਹੜਾ ਸਵਾਗਤ ਹੋਇਆ ਨਾ ਮੈਨੂੰ ਤਾਂ ਬੜਾ ਹਾਸਾ ਆ ਰਿਹਾ ਗਾਈਜ਼ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡਾ ਸੁਖਣਾ ਲੇਕ 'ਤੇ ਸਵਾਗਤ ਕਿਵੇਂ ਦਾ ਲੱਗਾ ਸਿੰਪਲੀ ਕਹਿੰਦਾ ਵੈਲਕਮ ਭਾਅ ਜੀ ਤੁਹਾਡਾ ਸੁਖਣਾ ਲੇਕ 'ਤੇ ਮੈਂ ਕਿਹਾ ਥੈਂਕ ਯੂ ਸੋ ਮੱਚ ਭਾਅ ਜੀ ਕਹਿੰਦੇ ਆਪਣਾ ਆਈ ਡੀ ਪਰੂਫ ਦਿਓ ਮੈਂ ਕਿਹਾ ਸ਼ਾਇਦ ਉਹ ਕੁਛ ਨੋਟ ਨਾਟ ਕਰਦੇ ਹੋਣੇ ਆ ਅਤੇ ਮੈਂ ਉਹਨਾਂ ਨੂੰ ਆਪਣਾ ਆਈ ਡੀ ਪਰੂਫ ਕੱਢ ਕੇ ਦੇ ਦਿੱਤਾ ਪਰ ਜਦੋਂ ਫਿਰ ਉਹ ਕਹਿੰਦੇ ਨੇ ਆ ਜਾਓ ਫਿਰ ਮੈਂ ਸਮਝ ਗਿਆ ਮੈਂ ਕਿਹਾ ਕੁਛ ਨਾ ਕੁਛ ਸੇਵਾ ਲਾਣਗੇ ਜ਼ਰੂਰ ਅਤੇ ਕਹਿੰਦਾ ਭਾਅ ਜੀ 2000 ਦਾ ਤੁਹਾਡਾ ਚਲਾਨ ਬਣਦਾ ਮੈਂ ਕਿਹਾ ਭਾਅ ਜੀ ਕਮਾਲ ਦੀ ਗੱਲ ਹੈ ਵੀ ਸਾਨੂੰ ਨਹੀਂ ਪਤਾ ਵੀ ਤੁਸੀਂ ਕਿਤੇ ਲਿਖ ਕੇ ਲਾਇਆ ਵੀ ਇਹਨਾਂ ਐਕਚੁਲੀ ਕੀ ਹੈ ਲਿਖ ਕੇ ਕਿਤੇ ਲਾਇਆ ਵੀ ਨਹੀਂ ਗਾ ਲੇਕ 'ਤੇ ਬਈ ਮਾਸਕ ਬਹੁਤ ਜ਼ਰੂਰੀ ਆ ਮੈਂ ਤਾਂ ਕਿਤੇ ਸਾਈਨ ਬੋਰਡ ਵੇਖਿਆ ਨਹੀਂ ਗਾ ਸੋ ਜਦੋਂ ਫਿਰ ਮੈਂ ਕਿਹਾ ਵੀ ਐਵੇਂ ਨਹੀਂ ਕਹਿੰਦਾ ਨਹੀਂ ਭਾਅ ਜੀ ਕਹਿੰਦਾ ਚਲੋ 1000 ਕਰ ਦੇਣ ਮੈਂ ਕਿਹਾ ਭਾਅ ਜੀ ਯਾਰ ਕਮਾਲ ਦੀ ਗੱਲ ਹੈ ਫਿਰ ਕਹਿੰਦਾ ਸਰਦਾਰ ਜੀ ਕਹਿੰਦਾ ਦੂਜਾ SHO ਸਾਹਿਬ ਨੇ ਕਹਿੰਦਾ ਉਹਨਾਂ ਨੇ ਤਾਂ 2000 ਤੋਂ ਘੱਟ ਨਹੀਂ ਕਰਨਾ ਸੋ ਕਹਿੰਦਾ ਭਾਅ ਜੀ 500 ਦਾ ਤਾਂ ਕਰਾਉਣਾ ਹੀ ਪੈਣਾ ਮੈਂ ਕਿਹਾ ਚੱਲ ਭਰਾਵਾ ਤੇਰੇ ਵੀ ਕੋਈ ਦੇਣੇ ਸੀ ਅਸੀਂ ਪਿਛਲੇ ਜਨਮ ਦੇ ਤੂੰ ਵੀ ਲੈ ਭਰਾਵਾ ਅਤੇ ਬਾਕੀ ਜੇ ਕਿਸੇ ਨੇ ਆਉਣਾ ਲੇਕ ਅਤੇ ਚੰਡੀਗੜ੍ਹ ਜਿਹੜੇ ਆਈ ਥਿੰਕ ਪਤਾ ਹੀ ਹੋਣਾ ਤੁਹਾਨੂੰ ਜੇ ਆਉਂਦੇ ਰਹਿੰਦੇ ਹੋ ਤਾਂ ਆਪਾਂ ਕਾਫੀ ਟਾਈਮ ਬਾਅਦ ਆਏ ਹਾਂ ਲੋਕਡਾਊਨ ਤੋਂ ਬਾਅਦ ਨਾ ਪਿਛਲੇ ਸਾਲ ਆਏ ਸੀ ਸੋ ਬਚ ਕੇ ਰਹੋ ਬਸ ਬੜਿਆਂ ਨੂੰ ਮੈਂ ਤਾਂ ਫਿਰ 5-7 ਨੂੰ ਦੱਸਿਆ ਮੈਂ ਕਿਹਾ ਭਰਾਵਾ ਐਵੇਂ ਲੱਗੇ ਫਿਰਦੇ ਮੈਂ ਭਰਾਵੋ ਜ਼ਰੂਰ ਮੰਜੀ ਠਕਵਾਉਣੀ ਹੈ ਲਾ ਲਓ ਮਾਸਕ ਕਈਆਂ ਨੂੰ ਲਵਾਏ ਨੇ ਕਈਆਂ ਨੂੰ ਬਚਾਇਆ ਸੀ ਇਹਨਾਂ ਨੇ ਕਾਰ ਅਤੇ ਹੁਣ ਐਡਵੈਂਚਰ ਡੂਨਚਰ ਵਾਲ ਪੰਗੇ ਲੈ ਰਹੇ ਇੱਧਰ ਹੀ ਬਣਿਆ ਸਿਸਟਮ ਪਹਿਲਾਂ ਕੁਛ ਆਈਸਕ੍ਰੀਮ ਵਗੈਰਾ ਕੁਛ ਖਾਂਦੇ ਆਓ ਚਲੋ ਕੁਛ ਖਾਈਏ ਜ਼ੋਰ ਲਾ ਲਾ ਕੇ ਪੈਡਲ ਮਾਰ ਮਾਰ ਕੇ ਬੋਰਡ ਦੇ ਪਸੀਨਾ ਆ ਗਿਆ ਪੂਰੀ ਸੇਵਾ ਕਰਦੇ ਨੇ ਪੁਲਿਸ ਵਾਲੇ ਇਹ ਸਿਵਲ 'ਚ ਲੱਗੇ ਸਦਨ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗੇ ਅਤੇ ਫੜੇ ਵੀ ਜਾਣ ਛੇਤੀ ਬੰਦੇ ਬੜਾ ਵਧੀਆ ਹੋਣੇਗਾ ਮਫਲ ਚੌਕ
ਮਾਸਕ ਸਮੇਤ ਕਾਚਲ ਪਤੇ ਯਾਰ ਸਪੂਨ ਟੇਬਲ ਤੇ ਨਾ ਸਪੂਨ ਨਵਾਂ ਲੈ ਗਿਆ ਉਹਨਾਂ ਕੋਲ ਇਹ ਪਤਾ ਨਹੀਂ ਕੀ ਆ ਵੈਫਲ ਬਣਾਇਆ ਉਹਨਾਂ ਨੇ ਨਾਲ ਦੇ ਤਾਜ਼ਾ ਬਣਾ ਕੇ ਦਿੰਦੇ ਨੇ ਵੈਫਲ ਆਪਣਾ ਮਸ਼ੀਨ ਜੀ ਰੱਖੀ ਹੈ ਤੇ ਫਿਰ ਵਿੱਚ ਆਈਸਕ੍ਰੀਮ ਆ ਦੇਖੇ ਚੋਰੀ ਕਰ ਲੈ ਲੱਗੀ ਇਹਦਾ ਸਮਾਨ ਵਿਚਾਰੇ ਦਾ ਜੈਮਸ ਨੇ ਵਿੱਚ ਓਰੀਓ ਪਾਏ ਨੇ ਵਿੱਚ ਤੇ ਕਾਟਨ ਕੈਂਡੀ ਇਹ ਕਈ ਕੁਛ ਹੈ ਉਹਨੇ ਆਪਣੇ ਮੋਮੋਜ਼ ਖਾਦੇ ਨੇ ਯਾ ਐਡਾ ਐਡਾ ਖਾ ਲੇਗਾ ਪਤੇ ਮੈਨੂੰ ਲੱਗਦਾ ਹੈ ਕੁਛ ਨਹੀਂ ਤੂੰ 50 ਰੁਪਏ ਦੀ ਵਿੱਚ ਸਿਸਟਮ ਨਹੀਂ ਹੋਣਾ ਪਾਇਆ ਮੈਨੂੰ ਲੱਗਦਾ ਲੁੱਟ ਲੈਂਦੇ ਨੇ ਬਈ ਦੀਦੀ ਮੈਨੂੰ ਸ਼ੇਅਰ ਨਹੀਂ ਕਰਾਂਦੀ ਤੇ ਕਹਿੰਦੇ ਨੇ ਮਿਕਸ ਕਰਕੇ ਖਾਣਾ ਹਾਂ ਆਪਣੇ ਵਾਰੀ ਸ਼ੇਅਰ ਨਹੀਂ ਕਰਦੀ ਤੇ ਉਹਨੂੰ ਕਹੇਗੀ ਦੋਵੇਂ ਸ਼ੇਅਰਿੰਗ ਕਰਾਂਗੇ ਥਿਸ ਇਜ਼ ਨਾਟ ਫੇਅਰ ਤੇ ਗੱਡੀ ਜੀ ਖਾ ਲਈ ਹਨਾ ਚਲ ਆ ਜਾਓ ਹਨਾ ਜੀ ਆਪਾਂ ਰੌਣਕਾਂ ਹੀ ਰੌਣਕਾਂ ਲੱਗੀਆਂ ਸੁਖਨਾ ਲੇਕ ਤੇ ਬੁੱਢੇ ਬੱਚੇ ਵੱਡੇ ਛੋਟੇ ਸਭ ਇੰਜੋਏ ਕਰ ਰਹੇ ਆ ਰੋਡ ਐਵੇਂ ਨਹੀਂ ਕ੍ਰੋਸ ਕਰਨਾ ਵੇਟ ਮੈਂ ਕਰਾਂ ਸੀਰਤ ਦੇ ਸਬਸਕ੍ਰਾਈਬਰ ਮਿਲ ਗਏ ਸਾਨੂੰ ਸੁਖਨਾ ਲੇਕ ਚੰਡੀਗੜ੍ਹ ਥੈਂਕ ਯੂ ਸੋ ਮੱਚ ਤੁਹਾਡਾ ਜੀ ਤੁਸੀਂ ਸਾਰੇ ਇੰਨਾ ਪਿਆਰ ਕਰਦੇ ਹੋ ਤੁਹਾਡੇ ਪਿਆਰ ਅਤੇ ਸਪੋਰਟ ਨਾਲ ਹੀ ਗੁਰਸੀਰਤ ਇੱਥੇ ਤੱਕ ਆ ਥੈਂਕ ਯੂ ਬੋਲੋ ਸੀ ਸਾਰਿਆਂ ਦਾ ਓਕੇ ਜੀ ਬਾਏ ਬਾਏ ਟੇਕ ਕੇਅਰ ਪਤੇ ਨੇ ਖੱਪ ਪਾਈ ਇੱਥੇ ਵੀ ਮਿਲੋ ਜੀ ਸਾਡੇ ਤਰਨ ਭਾਜੀ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਖਾਸ ਬਸ ਭਰਾ ਹੀ ਆਪਣਾ ਜਜ਼ਬਾ ਸ਼ੋ ਜਿਹੜਾ ਭਾਜੀ ਯਾਰਾਂ ਨੇ ਆਰਗੇਨਾਈਜ਼ ਕੀਤਾ ਸੀਗਾ ਬੜੇ ਸਾਰੇ ਸ਼ੋ ਨੇ ਕਿਹੜੇ ਕਿਹੜੇ ਸ਼ੋ ਭਾਜੀ ਹੋਰ ਸਾਰੇ ਜਸਵਿੰਦਰ ਭੱਲਾ ਜੀ ਦਾ ਸ਼ੋ ਹਰਭਜਨ ਸਿੰਘ ਦਾ ਜਿਹੜਾ ਸ਼ੋ ਚੱਲ ਰਿਹਾ ਸੀਗਾ ਹੁਣ ਉਹ ਸਾਰੇ ਭਾਜੀ ਇਹਦੀ ਕਰਦੇ ਆ ਤੇ ਬੜਾ ਹੀ ਨੇਚਰ ਵਧੀਆ ਭਾਜੀ ਦਾ ਬਹੁਤ ਵਧੀਆ ਗ੍ਰੇਟ ਬੰਦੇ ਆ ਤੇ ਜਿੱਦਾਂ ਦੇ ਆਪਾਂ ਮਿਲੇ ਆ ਬਈ ਬੜਾ ਮਜ਼ਾ ਆਉਂਦਾ ਆਪਣੀ ਘਰ ਵਾਲੀ ਗੱਲ ਆ ਤੇ ਅੱਜ ਆਏ ਸੀ ਮੋਹਾਲੀ ਥੈਂਕ ਯੂ ਭਾਈ ਸੋ ਮੰਨਤ ਨੂਰ ਮੈਂ ਮਰਾਂ ਕੋਲ ਭਾਜੀ ਯਾਰਾਂ ਨੇ ਬੁਲਾਇਆ ਸੀ ਅੱਜ ਸੋ ਸਾਰਾ ਇਹਨਾਂ ਦਾ ਪ੍ਰੋਮੋਸ਼ਨਸ ਦੇ ਕੰਮ ਬੜੇ ਸਾਰੇ ਕੰਮ ਨੇ ਇਹਨਾਂ ਦੇ ਮੈਨੂੰ ਪਤਾ ਨਹੀਂ ਲੱਗ ਰਿਹਾ ਹੁਣ ਕਿਹੜੇ ਕਿਹੜੇ ਮੈਂ ਐਕਸਪਲੇਨ ਨਹੀਂ ਕਰ ਪਾ ਰਿਹਾ ਬੜੀਆਂ ਸਾਰੀਆਂ ਚੀਜ਼ਾਂ ਆਫਿਸ ਭਾਜੀ ਯਾਰਾਂ ਦਾ ਬਹੁਤ ਵੱਡਾ ਸੋ ਸੀਰਤ ਵੀ ਬੈਠੀ ਹੋਈ ਇੱਥੇ ਆਫਿਸ ਦੇ ਵਿੱਚ ਬੈਠੇ ਇਹਨਾਂ ਦੇ ਤੇ ਹਾਂ ਵਿਖਾਵਾਂਗੇ ਬਾਹਰ ਵੀ ਫਤਿਹ ਪਸੰਦ ਆ ਸੋ ਲੇਟ ਹੋ ਗਿਆ ਆਪਾਂ ਪਰ ਭਾਜੀ ਨਾਲ ਮਿਲ ਕੇ ਜਾਣਾ ਸੀ ਜ਼ਰੂਰੀ ਕਿਉਂਕਿ ਰੋਜ਼ ਰੋਜ਼ ਸਾਡੇ ਕੋਲ ਵੀ ਨਹੀਂ ਆਇਆ ਜਾਣਾ ਇਹਨਾਂ ਕੋਲ ਵੀ ਟਾਈਮ ਨਹੀਂ ਹੈਗਾ ਪਰ ਜਲਦੀ ਫਿਰ ਆਵਾਂਗੇ ਮਿਲਾਂਗੇ ਭਾਜੀ ਤੁਹਾਡੇ ਨਾਲ ਮਿਲ ਕੇ ਹਮੇਸ਼ਾ ਹੀ ਬੜਾ ਵਧੀਆ ਅਤੇ ਵਾਹਿਗੁਰੂ ਭਰਾ ਨੂੰ ਸਾਡੇ ਨੂੰ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਅਤੇ ਨਾਮ ਇਹਨਾਂ ਦਾ ਬਹੁਤ ਵੱਡਾ ਇਹਨਾਂ ਦਾ ਕੰਮ ਵੀ ਬਹੁਤ ਵੱਡੇ ਨੇ ਅਤੇ ਤੁਹਾਨੂੰ ਬੁਲਾਉਂਦੇ ਰਹਾਂਗੇ ਇਹਨਾਂ ਨਾਲ ਆਪਾਂ ਮਿਹਰਬਾਨੀ ਚੱਲੀਏ ਹੁਣ ਹੁਣ ਆ ਜਾਓ ਵਿਖਾਉਂਦੇ ਹਾਂ ਭਾਜੀ ਇਹਨਾਂ ਦਾ ਆਫਿਸ ਤੁਹਾਨੂੰ ਮਾੜੀ ਜੀ ਨਜ਼ਰ ਮਰਾ ਦੇ ਛੋਟਾ ਜਿਹਾ ਮੈਂ ਤਗੜਾ ਆਇਆ ਹੁਣ ਅਸੀਂ ਆ ਗਏ ਹਾਂ ਜੀ ਜੱਗੀ ਸਿਟੀ ਸੈਂਟਰ ਅੰਬਾਲਾ ਤੁਹਾਨੂੰ ਪਤਾ ਹੀ ਆ ਆਪਾਂ ਇੱਥੇ ਚੰਡੀਗੜ੍ਹ ਤੋਂ ਬਾਅਦ ਅਸੀਂ ਸਟੇ ਕਰਦੇ ਹਾਂ ਹੁਣ ਵੱਜ ਗਿਆ ਰਾਤ ਦੇ 9:30 ਲੇਟ ਹੋ ਗਏ ਕਾਫੀ ਆਪਾਂ ਚੰਡੀਗੜ੍ਹ ਅੱਜ ਤੇ ਭੁੱਖ ਵੀ ਲੱਗ ਗਈ ਆ ਹੁਣ ਡਿਨਰ ਟਾਈਮ ਹੋ ਗਿਆ ਵੇਖਣੇ ਹੁਣ ਕੀ ਗੁਰਸੀਰਤ ਕਹਿੰਦੀ ਸਬਵੇ ਜਾਣਾ ਜਾਂ ਡਿਨਰ ਕਰਦੇ ਹਾਂ ਵੇਖਣੇ ਹਾਂ ਕੀ ਕਰਨੇ ਆ ਸੋ ਡਿਸਾਈਡ ਨਹੀਂ ਹੋਇਆ ਉਹ ਕਰਨੇ ਆ ਤੇ ਅੱਜ ਚੰਡੀਗੜ੍ਹ ਬੜਾ ਮਜ਼ਾ ਆਇਆ ਮੰਨਤ ਨੂਰ ਮੈਂ ਮਾਰਾਂ ਨਾਲ ਬੜਾ ਮਜ਼ਾ ਕੀਤਾ ਫਨ ਕੀਤਾ ਗੁਰਸੀਰਤ ਧਰਾਂ ਨੇ ਵੀਡੀਓ ਬਣਾਈ ਫਤਿਹ ਨੇ ਵੀ ਰੀਲ ਬਣਾਈ ਅੱਜ ਬੜੀ ਸੋਹਣੀ ਉਹ ਵੀ ਵਿਖਾਵਾਂਗੇ ਤੁਹਾਨੂੰ ਅਤੇ ਆਪਾਂ ਉੱਥੇ ਮਿਲੇ ਨਰੂਲਾ ਫੈਮਿਲੀ ਨੂੰ ਮਿਸਟਰ ਐਂਡ ਮਿਸਿਸ ਨਰੂਲਾ ਸੈਮ ਹਰਾਂ ਨੂੰ ਵਧੀਆ ਨੇਚਰ ਬਾਈ ਹਰਾਂ ਦਾ ਬੜਾ ਮਜ਼ਾ ਆਇਆ ਉਹਨਾਂ ਨੂੰ ਮਿਲ ਕੇ ਭੰਗੜਾ ਮੁਟਿਆਰ ਸਿਮਰਨ ਵੀ ਮਿਲ ਗਈ ਆਪਾਂ ਨੂੰ ਉੱਥੇ ਹੋਰ ਵੀ ਕਈ ਜਣੇ ਮਿਲੇ ਆਪਾਂ ਨੂੰ ਬੜਾ ਮਜ਼ਾ ਆਇਆ ਪਰ ਆਪਾਂ ਵਲੋਗ ਜ਼ਿਆਦਾ ਸ਼ੂਟ ਨਹੀਂ ਕਰ ਪਾਏ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆਪਾਂ ਲੇਕ ਵੀ ਗਏ ਹਾਂ ਸੋ ਅੱਜ ਦਾ ਦਿਨ ਬੜਾ ਵਧੀਆ ਬਹੁਤ ਮਜ਼ਾ ਫੁੱਲ ਐਂਟਰਟੇਨਮੈਂਟ ਕੀਤਾ ਅਤੇ ਹੁਣ ਆਪਾਂ ਖਾ ਲਈਏ ਕੁਛ ਅਤੇ ਫਿਰ ਚੱਲਦੇ ਹਾਂ ਘਰ ਨੂੰ ਲੇਟ ਕਾਫੀ ਹੋ ਗਿਆ ਸੋ ਅੱਜ ਦੇ ਵਲੋਗ ਦਾ ਅਸੀਂ ਇੱਥੇ ਕਰਨੇ ਹਾਂ ਐਂਡ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ ਗਾਈਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਜਿਨ੍ਹਾਂ ਨਾਲ ਨਿਊ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਏ 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 ਟੇਕ ਕੇਅਰ ਲਵ ਯੂ ਗਾਈਜ਼ ਗੁੱਡ